ਮਹਿੰਦਰ ਭਗਤ ਹੁਣੀ ਬਾਹਰ ਆ ਰਹੇ ਨੇ। ਮਹਿੰਦਰ ਭਗਤ ਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ। ਮਹਿੰਦਰ ਭਗਤ ਵੱਡੀ ਜਿੱਤ ਦਰਜ ਕਰਵਾਈ ਆ ਮਹਿੰਦਰ ਭਗਤ ਨੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਬਣ ਕੇ। ਹੁਣ ਵਿਧਾਇਕ ਬਣ ਕੇ ਅੰਦਰ ਜਦੋਂ ਗਿਣਤੀ ਸ਼ੁਰੂ ਹੋਈ ਆ ਤਾਂ ਉਮੀਦਵਾਰ ਦੇ ਤੌਰ ਤੇ ਗਏ ਔਰ ਹੁਣ ਵਿਧਾਇਕ ਬਣ ਕੇ ਬਾਹਰ ਆਏ ਨੇ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਬਾਈ ਜੀ ਇੱਕ ਪਿੱਛੇ ਕਰ ਲਾ। ਇਹ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਮਿਹਨਤ, ਉਹਨਾਂ ਪਰਿਵਾਰ ਦੀ ਮਿਹਨਤ ਔਰ ਸਾਰੇ ਹੀ ਵਲੰਟੀਅਰ ਸਾਹਿਬਾਨ ਕਾਰਿਆਕਰਤਾ ਨੇ, MLAs ਨੇ, ਮਿਨਿਸਟਰ ਨੇ, ਸਾਰੇ ਚੇਅਰਮੈਨ ਸਾਹਿਬਾਨ ਨੇ, ਸਾਰਿਆਂ ਨੇ ਦਿਨ ਰਾਤ ਮਿਹਨਤ ਕੀਤੀ ਹੈ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ ਬਸ ਦਿਨ ਰਾਤ ਮਿਹਨਤ ਕੀਤੀ ਹੈ। ਇਹ ਜੋ ਰਿਜ਼ਲਟ ਆਇਆ ਹੈ ਕੇਵਲ ਤਾਂ ਕੇਵਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹਨੂੰ ਐਕਸੈਪਟ ਕੀਤਾ ਹੈ ਔਰ ਨਾਲ ਸਾਰੇ ਵਲੰਟੀਅਰ ਨੇ ਜੋ ਹੈ ਮਿਹਨਤ ਕਰਕੇ ਅੱਜ ਦਾ ਰਿਜ਼ਲਟ ਆਇਆ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵੱਡੀ ਮਾਤਰਾ ਦੇ ਵਿੱਚ ਕਿਹੜੀ ਲੀਡ ਮੈਡੀ ਹੈ? 37,000 ਤੋਂ 37,000 ਤੋਂ ਆਪ ਦੀ ਲੀਡ ਕਿਹੜੀ ਬੈਠ ਕੇ ਦੇ ਵਿੱਚ ਸਾਰੇ ਜੋੜ ਕੇ ਵੀ ਤੁਹਾਡੇ ਬਰਾਬਰ ਨਹੀਂ ਪਹੁੰਚ ਰਹੇ। ਇਹ ਸਾਰਾ ਮਿਹਰਬਾਨੀ ਮਾਨ ਸਾਹਿਬ ਦੀ ਹੈ। ਇਹ ਉਹਨਾਂ ਦਾ ਕ੍ਰਿਸ਼ਮਾ ਹੈਗਾ, ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ, ਜਨਤਾ ਉਹਨਾਂ ਨੂੰ ਪਿਆਰ ਕਰਦੀ ਹੈ, ਸਤਿਕਾਰ ਕਰਦੀ ਹੈ। ਇਹ ਜੋ ਵੋਟ ਪਈ ਹੈਗੀ ਹੈ ਪੰਜਾਬ ਸਰਕਾਰ ਦੇ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਪਈ ਹੈ। 7 ਸਾਲ ਬਾਅਦ ਭਗਤ ਪਰਿਵਾਰ ਦੀ ਇੱਕ ਵਾਰ ਫੇਰ ਵਾਪਸੀ ਹੋਣ ਜਾ ਰਹੀ ਹੈ ਕੁਰਸੀ ਦੇ ਵਿੱਚ? ਨਹੀਂ, ਇਹ ਪਰਿਵਾਰ ਨਹੀਂ, ਜੋ ਹੈਗਾ ਅਸੀਂ ਕਾਰਜਕਰਤਾ ਹੈਗੇ ਹਾਂ, ਸੇਵਕ ਹੈਗੇ ਹਾਂ, ਅਸੀਂ ਸੇਵਾਦਾਰ ਹੈਗੇ ਹਾਂ। ਇਸ ਕਰਕੇ ਕੋਈ ਭਗਤ ਪਰਿਵਾਰ ਦੀ ਗੱਲ ਨਹੀਂ ਹੈਗੀ, ਸਹੀ ਸੇਵਾਦਾਰ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਜੋ ਜਨਤਾ ਦੀਆਂ ਮੁੱਢਲੀਆਂ ਲੋੜਾਂ ਹੈਗੀਆਂ ਔਰ ਨਸ਼ੇ ਦਾ ਜੋ ਬਹੁਤ ਜ਼ਿਆਦਾ ਵੈਸਟ ਵਿੱਚ ਬਿਮਾਰੀ ਹੈ ਉਹਨੂੰ ਹੱਲ ਕੀਤਾ ਜਾਵੇਗਾ। ਠੀਕ ਹੈ, ਜਿਹੜੇ ਲੋਕ ਕਰ ਰਹੇ ਸੀਗੇ ਉਹਨਾਂ ਦੇ ਕੀ ਕੀਤਾ ਜਾਏਗਾ? ਜਿਹੜੇ ਲੋਕ ਬੁਲਾ ਰਹੇ ਸੀ ਉਹਨਾਂ ਬਾਰੇ ਉਹਨਾਂ ਦੇ ਕੀ ਐਕਸ਼ਨ ਤੁਹਾਡੇ? ਉਹਨਾਂ ਦਾ ਸਰਕਾਰ ਪੂਰਾ ਇੰਤਜ਼ਾਮ ਕਰੇਗੀ। ਬਾਹਰ ਨਿਕਲੇ ਨੇ ਇਹ ਤਸਵੀਰਾਂ, ਕਿਵੇਂ ਖੁਸ਼ੀ ਦਾ ਮਾਹੌਲ ਆ ਜਿਹੜੇ ਉਹਨਾਂ ਸਮਰਥਕ ਨੇ? ਤਸਵੀਰਾਂ ਤੁਹਾਡੇ ਸਾਹਮਣੇ, ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਚੋਣ ਵਾਲੇ ਉਹ ਇੱਥੇ ਪਹੁੰਚੇ ਹੋਏ ਨੇ। ਕਿਉਂਕਿ ਜਿਵੇਂ ਹੀ ਲੀਡ ਵਧਣੀ ਸ਼ੁਰੂ ਹੋਈ ਤਾਂ ਵਰਕਰਾਂ ਦਾ ਜਮਾਵੜਾ ਜਿਹੜਾ ਕਾਊਂਟਿੰਗ ਸੈਂਟਰ 'ਚ ਹੋਣ ਲੱਗਾ ਔਰ ਇਹ ਤਸਵੀਰਾਂ ਪਵਨ ਕੁਮਾਰ ਟੀਮ ਨੂੰ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਸਮਰਥਕ ਨਜ਼ਰ ਆ ਰਹੇ ਨੇ। ਤਸਵੀਰਾਂ ਤੁਹਾਡੇ ਸਾਹਮਣੇ ਨੇ।